ਸਰ ਜਿਹੜੀ ਰਿਸ਼ਤੇਦਾਰੀ ਹੁੰਦੀ ਹੈ ਇੱਕ ਤੇ ਪਹਿਲਾਂ ਰਿਸ਼ਤੇਦਾਰੀ ਭਰਾ ਭਰਾ ਹੀ ਹੁੰਦਾ ਹੈ ਭਾਵੇਂ ਬੀਜੇਪੀ ਨਾਲ ਜੁੜਿਆ ਤੁਹਾਨੂੰ ਵੀ ਪਤਾ ਇਹਦੀ ਕਿੰਨੀਆਂ ਪਹਿਲਾਂ ਫੋਟੋਆਂ ਵੀ ਹੈਗੀਆਂ ਉਹਨਾਂ ਨਾਲ ਅਤੇ ਬਾਅਦ 'ਚ ਕਹਿ ਲਈ ਵੀ ਆਪਾਂ ਯਕਦਮ ਹੀ ਕਿਸਾਨੀਆਂ ਦਾ ਰਹੇ ਇੱਦਾਂ ਨਹੀਂ ਕਦੀ ਹੁੰਦਾ ਜਿਹੜਾ ਕਿਸਾਨਾਂ ਦਾ ਦੌਰ ਆ ਜੀ ਉਹਨਾਂ ਨੇ ਕੋਈ ਹੋਰ ਚੀਜ਼ ਨੂੰ ਆਪਣਾ ਕਿਸਾਨੀ ਦੇ ਚੀਜ਼ਾਂ ਕਰਕੇ ਬਿੱਲ ਰੱਦ ਕਰਾਉਣ ਲਈ ਲਿਆ ਹੈਗਾ ਇਹਨੂੰ ਤਾਂ ਨਹੀਂ ਕਿਸੇ ਨੇ ਕਿਹਾ ਵੀ ਤੂੰ ਜਾ ਕੇ ਪਹਿਲਾਂ ਉੱਥੇ ਜਾ ਕੇ ਲਾਲ ਕਿਲੇ ਜਾ ਕੇ ਬਹਿ ਜਾ ਇਹ ਆਪਣੀ ਮਰਜ਼ੀ ਨਾ ਇਹਨਾਂ ਨੇ ਆਪ ਸਾਰਿਆਂ ਨੂੰ ਪਿੱਛੇ ਨੌਜਵਾਨ ਜਿੰਨਾ ਆਇਆ ਨੇ ਸਾਰਿਆਂ ਨੂੰ ਮਗਰ ਲਾ ਕੇ ਫਿਰ ਹੀ ਗਏ ਨੇ ਠੀਕ ਹੈ ਨਾ ਇੱਦਾਂ ਪਰ ਜੋ ਵੀ ਕੀਤਾ ਇਹਨਾਂ ਨੇ ਗਲਤ ਜੇ ਪਹਿਲਾਂ ਵੀ ਤੁਸੀਂ ਵੇਖਿਆ ਇਕੱਲਾ ਦਿੱਲੀ ਪਹਿਲਾਂ ਵੀ ਜਾ ਕੇ ਆਉਂਦਾ ਰਿਹਾ ਇਹਨੂੰ ਕਿੱਦਾਂ ਕੱਲੇ ਨੂੰ ਰਾਹ ਮਿਲ ਜਾਂਦੇ ਰਹੇ ਕਿਸਾਨੀ ਝੰਡੇ ਦਾ ਬਾਕੀ ਸਾਰੇ ਤਾਂ ਉੱਥੇ ਬੈਠੇ ਰਹਿੰਦੇ ਸੀ ਬਾਰਡਰਾਂ 'ਤੇ ਬਿਲਕੁਲ ਜੀ ਵੇਖਿਆ ਤੱਕ ਦੇਖਿਆ ਜਾਵੇ ਕਿ ਦੀਪ ਸਿੰਘ ਇਹ ਨੁਮਾਇੰਦਾ ਸੀ ਬੀਜੇਪੀ ਦਾ ਇੱਕ ਦਰਿਆ ਸੀ ਉਹਨੂੰ ਭੇਜਣ ਦਾ ਕਿ ਕਿਸੇ ਤਰ੍ਹਾਂ ਅਸੀਂ ਕਿਸਾਨ ਜਥਿਆਂ ਬੰਦਿਆਂ ਨੂੰ ਖਦੇੜਨਾ ਸੀ ਉਹ ਭਾਵੇਂ ਉਹਨਾਂ ਦੇ ਵਿੱਚ ਵਿਚਰਿਆ ਠੀਕ ਹੈ ਆਪਣਾ ਭਰੋਸਾ ਦਵਾਇਆ ਫਿਰ ਅਗਲੇ ਨੂੰ ਉਹਨਾਂ ਨੇ ਇਸ ਤਰ੍ਹਾਂ ਮੋਡੀਫਾਈ ਕੀਤਾ ਕਿਸਾਨ ਜਥੇਬੰਦੀਆਂ ਨੂੰ ਇੱਕ ਪਾਸੇ ਕਰਦਾ ਨੌਜਵਾਨਾਂ ਨੂੰ ਉਕਸਾਇਆ ਉਹਨੇ ਠੀਕ ਨਹੀਂ ਕਿ ਅਸੀਂ ਦਿੱਲੀ ਮੋਰਚਾ ਫਤਿਹ ਕਰਨਾ ਦਿੱਲੀ ਨੂੰ ਇਸ ਤਰ੍ਹਾਂ ਕਰਾਂਗੇ ਹੱਕ ਵਿੱਚ ਕਰਾਂਗੇ ਪਰ ਜਿਹੜਾ ਅਸੀਂ ਕੰਮ ਪਿਆਰ ਸ਼ਾਂਤੀ ਨਾਲ ਕਰ ਸਕਦੇ ਸੀ ਨਾ ਉਹ ਇਹਨੇ ਮਾਹੌਲ ਖਰਾਬ ਸਾਰਾ ਕੀਤਾ ਜਿਹੜਾ ਸੁਦੀਪ ਸਿੱਧੂ ਸੀ ਉਹ ਉਸ ਤਰ੍ਹਾਂ ਹੁਣ ਜਿੱਦਾਂ ਸੰਨੀ ਦਿਓਲ ਕਹਿ ਰਿਹਾ ਕਿ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਆਪਣਾ ਪੱਖ ਝੜ ਰਹੇ ਸਾਰੇ ਪਰ ਇਹ ਸਾਰਾ ਲੈਣ ਦੇਣ ਸਾਰਾ ਨੁਮਾਇੰਦਾ ਬੀਜੇਪੀ ਨਾਲ ਜਾਂਦਾ ਇਹਦਾ ਇਹ ਆਪਣਾ ਜਿਹੜੀ ਕਿਸਾਨ ਮੋਰਚਾ ਇਹਨੂੰ ਨੁਕਸਾਨ ਇਹਨੇ ਪਹੁੰਚਾਇਆ ਅਸਲ ਵਿੱਚ ਇਹ ਜਿਹੜਾ ਕੱਲ੍ਹ ਜਿਹੜਾ ਨੁਕਸਾਨ ਹੋਇਆ ਜਾਂ ਕੱਲ੍ਹ ਜਿਹੜਾ ਸ਼ਾਂਤੀਪੂਰਕ ਹੀ ਜਿਹੜਾ ਇਹਨੂੰ ਇਹਨਾਂ ਨੇ ਮਾਹੌਲ ਖਰਾਬ ਕੀਤਾ ਇਹ ਸਾਰਾ ਬੀਜੇਪੀ ਦਾ ਆਪਣਾ ਹੀ ਕਰਤਾ ਦਾ ਤਾਜ਼